ਸੁਣਾਣੀ ਸੀ ਉਸ ਤਕਰੀਰ ਵਿੱਚ, ਹੁਣ ਗੱਲ ਮੁੱਕ ਗਈ। ਹਜ਼ਰਤ ਬਹਿਲੋਲ ਦਾਨਾ ਰਹਿਮਤੁੱਲਾ ਅਲੈਹ ਨਾ, ਹਜ਼ਰਤ ਬਹਿਲੋਲ ਦਾਨਾ ਰਹਿਮਤੁੱਲਾ ਅਲੈਹ ਅੱਲਾਹ ਦੇ ਵਲੀ ਨੇ, ਬਗਦਾਦ ਸ਼ਹਿਰ ਵਿੱਚ ਸਨ। ਅਤੇ ਇੱਕ ਨਾ ਉੱਥੇ ਹਕੀਮ ਮਸ਼ਹੂਰ ਸੀ, ਹਕੀਮ ਮਦਨੀ ਦੇ ਨਾਮ ਤੋਂ। ਇੱਕ ਅਜਨਬੀ ਬੰਦਾ ਆਇਆ ਅਤੇ ਹਜ਼ਰਤ ਬਹਿਲੋਲ ਦਾਨਾ ਨੂੰ ਕਹਿਣ ਲੱਗਾ, ਮੈਨੂੰ ਹਕੀਮ ਮਦਨੀ ਦਾ ਡੇਰਾ ਦੱਸਿਓ। ਦੇਖੋ ਨਾ, ਕਈ ਲੋਕ ਆਪਣੇ ਨਾਮ ਦੇ ਨਾਲ ਸਾਡੇ ਉਲਾਮਾ ਮਦਨੀ ਲਿਖ ਲੈਂਦੇ ਨੇ, ਮੱਕੀ ਲਿਖ ਲੈਂਦੇ ਨੇ। ਅਤੇ ਉਹ ਹਕੀਮ ਮਦਨੀ ਮਸ਼ਹੂਰ ਸੀ। ਹਜ਼ਰਤ ਬਹਿਲੋਲ ਦਾਨਾ ਕੋਲ ਆ ਕੇ ਇੱਕ ਅਜਨਬੀ ਕਹਿਣ ਲੱਗਾ, ਸਰਕਾਰ ਬਜ਼ੁਰਗੋ, ਇੱਥੇ ਇੱਕ ਹਕੀਮ ਮਦਨੀ ਦਾ ਡੇਰਾ, ਉਹ ਦੱਸੋ। ਆਮਨਾ, ਤੂੰ ਹਕੀਮ ਮਦਨੀ ਦੇ ਡੇਰੇ 'ਤੇ ਜਾਣਾ ਚਾਹੁੰਦਾ? ਉਸ ਹਕੀਮ ਦੇ ਜਿਹੜਾ ਮਦਨੀ ਹੈ, ਸਰਕਾਰ ਕੇ ਅਸਮਾਏ ਪਾਕ ਮੇਂ ਸੇ ਹਕੀਮ ਉਨ ਸਰਕਾਰ ਕਾ ਨਾਮ ਹੈ। ਸੁਭਾਨ ਅੱਲਾਹ, ਮਦਨੀ ਜੁਨ ਸਰਕਾਰ ਕਾ ਇਸਮ ਮੁਬਾਰਕ ਹੈ, ਬੇਸ਼ੱਕ ਜੁਨ ਸਰਕਾਰ ਕਾ ਇਸਮ ਮੁਬਾਰਕ ਹੈ। ਯਾਦ ਹੈ ਬਹਿਲੋਲ ਦਾਨਾ ਨੇ, ਅੱਛਾ ਤੂੰ ਹਕੀਮ ਮਦਨੀ ਦੇ ਡੇਰੇ 'ਤੇ ਜਾਣਾ ਚਾਹੁੰਦਾ, ਉਹਨਾਂ ਦੇ ਡੇਰੇ 'ਤੇ ਜਿਹੜੇ ਮਦਨੀ ਹਕੀਮ ਨੇ? ਉਹਨੇ ਆਖਿਆ, ਜੀ। ਆਪਣੇ ਅੱਖਾਂ ਬੰਦ ਕਰ। ਉਹਨੇ ਅੱਖਾਂ ਬੰਦ ਕੀਤੀਆਂ। ਆਪਣੇ ਪੜ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ। ਤੁਸੀਂ ਪੜੋ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ। ਉਹਨੇ ਅੱਖਾਂ ਬੰਦ ਕੀਤੀਆਂ। ਆਪਣੇ ਅੱਖਾਂ ਖੋਲ। ਅੱਖਾਂ ਖੋਲੀਆਂ, ਸਾਹਮਣੇ ਕਾਬਤੁੱਲਾ ਨਜ਼ਰ ਆਇਆ। ਸੁਭਾਨ ਅੱਲਾਹ, ਇਹ ਵੀ ਹਕੀਮ ਮਦਨੀ ਦਾ ਡੇਰਾ ਹੀ। ਹਾਏ 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 ਹਾਏ, ਅੱਲਾਹੋ 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 ਅੱਲਾਹੋ। ਆਪਣਾ ਇਹ ਵੀ ਹਕੀਮ ਮਦਨੀ ਦਾ ਡੇਰਾ। ਉਹਨੇ ਆਖਿਆ, ਸਰਕਾਰ ਮੈਂ ਇਸ ਡੇਰੇ 'ਤੇ ਨਹੀਂ ਜਾਣਾ। ਆਪਣੇ, ਅੱਛਾ ਅੱਖਾਂ ਬੰਦ ਕਰ ਤੇ ਪੜ ਲਾ ਇਲਾਹਾ ਇਲੱਲਾ। ਉਹਨੇ ਫਿਰ ਅੱਖਾਂ ਬੰਦ ਕੀਤੀਆਂ, ਪੜਨਾ ਸ਼ੁਰੂ ਕਰ ਦਿੱਤਾ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ। ਆਪਣੇ ਅੱਖਾਂ ਖੋਲ। ਉਹਨੇ ਅੱਖਾਂ ਖੋਲੀਆਂ, ਸਾਹਮਣੇ ਮਦੀਨਾ ਪਾਕ ਨਜ਼ਰ ਆ। ਸੁਭਾਨ ਅੱਲਾਹ, ਇਹ ਵੀ ਹਕੀਮ ਮਦਨੀ ਦਾ ਡੇਰਾ ਹੀ। ਆਪਣੇ, ਇਹ ਵੀ ਹਕੀਮ ਮਦਨੀ ਦਾ ਡੇਰਾ ਹੀ। ਉਹਨੇ ਆਖਿਆ, ਸਰਕਾਰ ਮੈਂ ਇਸ ਡੇਰੇ 'ਤੇ ਵੀ ਨਹੀਂ ਜਾਣਾ। ਆਪਣੇ, ਅੱਛਾ ਅੱਖਾਂ ਬੰਦ ਕਰਦੇ ਪੜ ਲਾ ਇਲਾਹਾ ਇਲੱਲਾ। ਆਪ ਉਹਨੂੰ ਸਾਰੀਆਂ ਸਰਕਾਰ ਦੀਆਂ ਸ਼ਾਨਾ ਮਕਾਮਾਤ ਦਿਖਾ ਰਹੇ ਸਨ। ਆਪਣੇ ਅੱਖਾਂ ਬੰਦ ਕਰਦੇ ਪੜ ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ। ਉਸ ਬੰਦੇ ਅੱਖਾਂ ਬੰਦ ਕੀਤੀਆਂ, ਪੜਨਾ ਸ਼ੁਰੂ ਕਰ ਦਿੱਤਾ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ। ਆਪਣੇ ਅੱਖਾਂ ਖੋਲ। ਅੱਖਾਂ ਖੋਲੀਆਂ, ਸਾਹਮਣੇ ਅਰਸ਼ੇ ਇਲਾਹੀ ਨਜ਼ਰ ਆ ਰਿਹਾ। ਇਹ ਵੀ ਹਕੀਮ ਮਦਨੀ ਦਾ ਡੇਰਾ ਹੀ। ਅਨ ਅਵਲ ਮਨ ਤਨਸ਼ਕੁ ਅਨਹੁ ਅਰਧ ਫਉਕਸਲ ਹੁਲਤ ਮਿਨ ਹੁਲਾਲ ਜੰਨਾ ਸੁਮ ਅਕੂਮ ਅਨ ਯਮੀਨ ਅਰਸ਼ ਲੈਸ ਅਹਦ ਮਿਨ ਅਲ ਖਲਾਇਕ ਯਕੂਮ ਜ਼ਾਲਿਕ ਅਲ ਮਕਾਮ ਗੈਰੀ। ਮੇਰੇ ਆਕਾ ਨੇ, ਮੇਰੇ ਉਮਤੀਓ, ਆਪਣੇ ਨਬੀ ਕੀ ਅਸਲ ਸ਼ਾਨੇ ਤੁਮ ਮੈਦਾਨੇ ਮਾਸ਼ਰ ਮੇ ਦੇਖੋ। ਸੁਭਾਨ ਅੱਲਾਹ, ਪਹਿਲੇ ਸਭ ਸੇ ਪਹਿਲੇ ਮੈਂ ਮੁਸਤਫਾ ਆਪਣੀ ਕਬਰ ਅਨਵਰ ਸੇ ਬਾਹਰ ਤਸ਼ਰੀਫ ਲਾਉਂਗਾ। ਮੈਂ ਮੁਸਤਫਾ ਜੰਤੀ ਲਿਬਾਸ ਪਹਿਨੇ ਹੋਏ ਹੋਊਂਗਾ। ਫਿਰ ਅੱਲਾਹ ਕਾ ਅਰਸ਼ ਹੋਗਾ, ਉਸਕੀ ਦਾਹਨੀ ਜਾਨਿਬ ਜਲਵਾ ਫਰਮਾ ਮੁਹੰਮਦ ਰਸੂਲੁਲਲਾਹ। ਸੁਭਾਨ ਅੱਲਾਹ, ਨਬੀ ਕੋ ਨਿਸ਼ਾਨ ਹੀ ਆਪਣੀ ਸ਼ਾਨ ਕੇ ਮੁਤਾਬਿਕ। ਹਜ਼ਰਤ ਬਹਿਲੋਲ ਦਾਨਾ ਸਰਕਾਰ ਨੇ ਫਿਰ ਫਰਮਾਇਆ, ਲੈਸ ਅਹਦ ਮਿਨ ਅਲ ਖਲਾਇਕ ਯਕੂਮ ਜ਼ਾਲਿਕ ਅਲ ਮਕਾਮ ਗੈਰੀ। ਮੇਰੇ ਸਿਵਾ ਕਿਸੇ ਕੀ ਜੁਰਤ ਹੀ ਨਹੀਂ ਕਿ ਉਸ ਮਕਾਮ ਪਰ ਖੜਾ ਹੋ ਸਕੇ। ਬੇਸ਼ੱਕ ਬੇਸ਼ੱਕ, ਮੇਰੇ ਸਿਵਾ ਕੋਈ ਉਸ ਮਕਾਮ ਪਰ ਖੜਾ ਹੀ ਨਹੀਂ ਹੋ ਸਕਦਾ। ਤੇ ਹੁਣ ਕੋਈ ਇਤਰਾਜ਼ ਨਾ ਕਰੇ, ਅਰਸ਼ ਕਿਵੇਂ ਹਜ਼ੂਰ ਦਾ ਡੇਰਾ ਹੈ? ਅਰਸ਼ ਵੀ ਹਜ਼ੂਰ ਦਾ ਡੇਰਾ ਤੇ ਹਦੀਸ ਤੋਂ ਸਾਬਿਤ ਹੈ। ਸੁਭਾਨ ਅੱਲਾਹ, ਅਰਸ਼ਾਂ ਤੋਂ ਵੀ ਪਾਰ ਗਏ। ਬੇਸ਼ੱਕ ਤੋਂ ਵੀ ਪਾਰ ਗਏ। ਹਜ਼ਰਤ ਮੂਸਾ ਤੂਰ ਤੇ ਜਾਮਨ ਪੈਰੋਂ ਜੋੜੇ ਲਹ ਕੇ ਜਾਵਨ। ਹਜ਼ਰਤ ਮੂਸਾ ਤੂਰ ਤੇ ਜਾਮਨ ਪੈਰੋਂ ਜੋੜੇ ਲਹ ਕੇ ਜਾਵਨ। ਜੋਸ਼ਨਾ ਰੱਖੋ। ਹਜ਼ਰਤ ਮੂਸਾ ਤੂਰ ਤੇ ਜਾਮਨ ਪੈਰੋਂ ਜੋੜੇ ਲਹ ਕੇ ਜਾਵਨ। ਸਨੇ ਜੋੜਿਆ ਵੰਦ ਸ਼ਾਹ ਸ਼ਾਹਾਂ ਦੇ ਅਰਸ਼ੇ ਕਦਮ ਟਿਕਾਏ। ਅੱਜ ਪਾਕ ਮੁਹੰਮਦ ਆਇਆ ਚੁੱਕਿਆ, ਅੱਜ ਪਾਕ ਮੁਹੰਮਦ ਆਇਆ, ਪਾਕ ਮੁਹੰਮਦ ਆਇਆ। ਅਰਸ਼ ਤੋਂ ਲੈ ਕੇ ਅਰਸ਼ ਸਿਕਰ ਨੂਰ ਦਾ ਬੰਦਨ ਛਾਇਆ, ਪਾਕ ਮੁਹੰਮਦ ਆਇਆ, ਪਾਕ ਮੁਹੰਮਦ ਆਇਆ। ਨਾਰਾ ਰਿਸਾਲਾ ਜ਼ਿੰਦਾ, ਰਿਸਾਲਾ ਜ਼ਿੰਦਾ, ਰਿਸਾਲਾ ਜ਼ਿੰਦਾ, ਨਾਰਾ ਰਿਸਾਲਾ ਨਾਰਾ ਰਿਸਾਲਾ ਨਾਰਾ ਹੈਦਰੀ। ਹਵਾ ਚੱਲ ਪਈ, ਆਈ ਠੰਡੀ ਹਵਾ, ਸਹਿਰੀ ਦੀ ਹਵਾ ਹੈ। ਆਸ਼ਕਾਨੇ ਮੁਸਤਫਾ, ਇਹ ਰੱਬ ਦੇ ਅਰਸ਼ ਦੇ ਨੀਚਿਓਂ ਚੱਲਦੀ ਹੈ। ਮੇਰੇ ਉਸਤਾਦਾਂ ਜਦੋਂ ਮੈਨੂੰ ਸਬਕ ਪੜਾਇਆ ਸੀ ਨਾ, ਇੱਕ ਬਜ਼ੁਰਗਾਂ ਦਾ ਕੌਲ ਨਕਲ ਕੀਤਾ ਸੀ, ਸਾਈਂ ਤਵੱਕਲ ਸ਼ਾਹ ਸਾਹਿਬ ਰਹਿਮਤੁੱਲਾਹ ਅਲੈਹ ਅੰਬਾਲਵੀ। ਵੇਖੋ ਮੈਨੂੰ ਕਿੰਨੇ ਸਾਲ ਅਮਲ ਉਹਨਾਂ ਫਰਮਾਇਆ, ਜਿਹੜੀ ਸਹਿਰੀ ਦੀ, ਮੈਂ ਅਰਸ਼ ਦੀ ਗੱਲ ਕਰ ਰਿਹਾ ਸੀ ਨਾ, ਅਰਸ਼ ਦੀ, ਤੇ ਉਹ ਮੈਨੂੰ ਮੇਰੇ ਉਸਤਾਦਾਂ ਨੇ ਦੱਸਿਆ ਸੀ, ਉਹ ਫਰਮਾ ਦਿੰਦੇ ਨੇ ਜਿਹੜੀ ਸੁਬੋ ਦੀ ਸਹਿਰੀ ਦੀ ਹਵਾ ਚੱਲਦੀ, ਇਹਦਾ ਕੁਨੈਕਸ਼ਨ ਅਰਸ਼ ਦੇ ਨਾਲ। ਸੁਭਾਨ ਅੱਲਾਹ, ਬੇਸ਼ੱਕ ਵੀ ਅਰਸ਼ ਦੀ ਕਰ ਰਿਹਾ ਤੇ ਮਹਬੂਬੇ ਖੁਦਾ ਦੀ ਕਰ ਰਿਹਾ। ਸੁਭਾਨ ਅੱਲਾਹ, ਹਵਾ ਚੱਲ ਪਈ ਏ। ਅੱਛਾ ਦੋਸਤੋ ਸੁਣੋ, ਹਜ਼ਰਤ ਬਹਿਲੋਲ ਦਾਨਾ ਰਹਿਮਤੁੱਲਾਹ ਅਲੈਹ, ਅੱਜ ਖੜੀਆਂ ਦੀਆਂ ਬੈਸਾਂ ਰਹਿੰਦੇ ਹੋ, ਖੜੀਆਂ ਦੀਆਂ ਬੈਸਾਂ ਰਹਿੰਦੇ ਹੋ, ਰਾਤ ਦੇ ਕਿੱਸੇ ਰਹਿੰਦੇ ਹੋ,
ਔਰਤਾਂ ਦੀਆਂ ਵਿਛੜੀਆਂ ਸਜਣਾ ਨੂੰ ਰਲ ਮਿਲ ਕੇ ਜ਼ਰਾ ਬਹਿਣ ਦਿਓ, ਸਾਰੀ ਰਲ ਮਿਲ ਕੇ ਜ਼ਰਾ ਬਹਿਣ ਦਿਓ, ਯਾਂ ਦੀਆਂ ਬੈਸਾਂ ਰਹਿਣ ਦਿਓ, ਘੜੀਆਂ ਦੀਆਂ ਬੈਸਾਂ ਰਹਿਣ ਦਿਓ, ਰਾਤ ਦੇ ਕਿੱਸੇ ਰਹਿਣ ਦਿਓ, ਔਰਤਾਂ ਦੀਆਂ ਵਿਛੜੀਆਂ ਸਜਣਾ ਨੂੰ ਰਲ ਮਿਲ ਕੇ ਜ਼ਰਾ ਬਹਿਣ ਦਿਓ। ਜ਼ੁਲਫ਼ੇ ਮੁਅੰਬਰ ਕਹਿੰਦੀ ਏ, ਆਹਾ ਇਹ ਜ਼ੁਲਫ਼ੇ ਮੁਅੰਬਰ ਕਹਿੰਦੀ ਏ, ਜਿਹੜੀ ਨੈਣਾਂ ਦੇ ਪਛੋਕੜ ਰਹਿੰਦੀ ਏ, ਬੂੜਿਓ ਨੈਣੋ ਯਾਰ ਦਿਓ ਜ਼ਰਾ ਆਹਮਣੇ ਸਾਹਮਣੇ ਬਹਿਣ ਦਿਓ। ਵਿਛੜੀਆਂ ਸਜਣਾ ਨੂੰ ਰਲ ਮਿਲ ਕੇ ਜ਼ਰਾ ਬਹਿਣ ਦਿਓ। ਮੁਅੰਬਰ ਕਹਿੰਦੀ ਏ, ਜਿਹੜੀ ਨੈਣਾਂ ਦੇ ਪਛੋਕੜ ਰਹਿੰਦੀ ਏ, ਉਹ ਬੂੜਿਓ ਨੈਣੋ ਯਾਰ ਦਿਓ ਜ਼ਰਾ ਆਹਮਣੇ ਸਾਹਮਣੇ ਬਹਿਣ ਦਿਓ। ਪਹਿਲੋ ਦਾਨਾ ਰਹਿਮਤੁਲਾਹ ਨੇ ਫਰਮਾ ਅੱਖਾਂ ਬੰਦ ਕਰਦੇ ਪੜ ਲਾ ਇਲਾਹ ਇਲੱਲਾ, ਉਹਨੇ ਅੱਖਾਂ ਬੰਦ ਕੀਤੀਆਂ ਪੜਿਆ ਲਾ ਇਲਾਹ ਇਲੱਲਾ, ਆਪਣਾ ਅੱਖਾਂ ਖੋਲ, ਅੱਖਾਂ ਖੋਲੀਆਂ ਸਾਹਮਣੇ ਅਰਸ਼ ਅੱਲਾ ਸੁਭਾਨ ਅੱਲਾ। ਮਦਨੀ ਹਕੀਮ ਦਾ ਡੇਰਾ ਈ, ਮਦੀਨੇ ਵਿੱਚ ਵੀ ਮਦਨੀ ਹਕੀਮ ਦਾ ਡੇਰਾ ਈ, ਤੇ ਅਰਸ਼ ਤੇ ਵੀ ਮਦਨੀ ਹਕੀਮ ਦਾ ਡੇਰਾ ਈ। ਨਾਰਾ ਰਿਸਾਲੇ, ਨਾਰਾ ਰਿਸਾਲੇ, ਨਾਰਾ ਹੈਦਰੀ,